ਚੰਨੇ ਨੂੰ ਕਹਿ ਦਿਓ ਮੇਰੇ ਵੱਲੋਂ ਹੱਥ ਫੜ ਕੇ ਮੈਂ ਲੈ ਕੇ ਜਾਉਂ ਜੇ ਕਿਤੇ ਜਾਣ ਦੀ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਮੈਨੂੰ ਤਰਸ ਆਈ ਜਾਂਦਾ ਯਾਰ ਸਾਬਕਾ ਮੁੱਖ ਮੰਤਰੀ ਰਿਹਾ ਉਹਨੂੰ ਡਰਾ ਡਰਾ ਪਤਾ ਨਹੀਂ ਐਡਾ ਲਿੱਸਾ ਕਰ ਛੱਡਿਆ ਉਹ ਕਦੇ ਰੋਣ ਲੱਗ ਪੈਂਦਾ ਕਦੇ ਕੁਛ ਹੋਣ ਲੱਗ ਪੈਂਦਾ ਮੈਂ ਚੰਨੀ ਭਰਾ ਫਿਕਰ ਨਾ ਕਰ ਤੇਰਾ ਵੀਰ ਤੇਰੇ ਨਾਲ ਖਲੋਤਾ ਜੇ ਲੋੜ ਪਈ ਤਾਂ ਮੈਂ ਤੇਰੇ ਨਾਲ ਤੈਨੂੰ ਛੱਡ ਕੇ ਆਉਂਗਾ ਤੇ ਉੱਥੇ ਤੇਰਾ ਧਿਆਨ ਵੀ ਖੇ ਜਾਂਗੇ ਰੱਖਾਂਗੇ ਐਵੇਂ ਦਿਲ ਨਾ ਛੋਟਾ ਕਰ ਤਗੜਾ ਹੋ ਕੇ ਲੜਾਈ ਲੜ ਕੀ ਬੰਦਿਆ ਐਵੇਂ ਢਿੱਲੀ ਜੀ ਗੱਲ ਕਰਦਾ ਹੁੰਦਾ ਮੈਂ ਤਾਂ ਉੱਥੇ ਹੈਰਾਨ ਆ ਕਿ ਉਹ ਕਿੱਡਾ ਰੋਜ਼ ਰੋਣ ਲੱਗ ਪੈਂਦਾ ਉਹਨੂੰ ਵੇਖ ਵੇਖ ਮੈਨੂੰ ਵੀ ਰੋਣਾ ਆ ਜਾਂਦਾ ਮੈਂ ਯਾਰ ਯਾਰ ਇੱਥੇ ਜਦੋਂ ਸਾਡੇ ਤੇ ਪਰਚਾ ਦਿੱਤਾ ਸੀ ਉਦੋਂ ਤਾਂ ਬੜੀਆਂ ਛਾਲਾ ਮਾਰਦਾ ਸੀ ਐਵੇਂ ਨਾ ਫਿਕਰ ਕਰੇ ਇਹ ਤਾਂ ਰੱਬ ਦੇ ਰੰਗ ਆ ਜੀ ਉਹ ਕਰੋਗੇ ਉਹ ਵੱਢੋਗੇ ਮੈਂ ਜਗਨੂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਨਾ ਹਨੀ ਨੂੰ ਨਾ ਚੰਨੀ ਨੂੰ ਤੇ ਨਾ ਉਹਦੇ ਮਨੀ ਨੂੰ ਤੰਗ ਕਰੇ ਕਿਉਂਕਿ ਹਨੀ ਦਾ ਚੰਨੀ ਨਾਲ ਪਿਆਰ ਤੇ ਚੰਨੀ ਦਾ ਮਨੀ ਨਾਲ ਪਿਆਰ ਤੇ ਪਿਆਰ 'ਚ ਐਵੇਂ ਜੁਗਨੂ ਵਿੱਚ ਗੜਬੜ ਨਾ ਕਰੇ ਜੁਗਨੂ ਹਾਜ਼ਰ ਹੈ ਇਕੱਲਾ ਚੱਲ ਰਿਹਾ ਕੰਮ ਪੰਜਾਬ 'ਚ ਜੁਗਨੂ ਹਾਜ਼ਰ ਹੈ ਕੰਮ ਵੇਖੀ ਜਾਓ ਹੱਸੀ ਜਾਓ ਲੋਟ ਪੋਟ ਹੋਈ ਜਾਓ ਆਪਦਾ ਨੁਕਸਾਨ ਕਰਾਈ ਚੱਲੋ ਦੋਵੇਂ ਉਹ ਨਟਵਰ ਲਾਲ ਦਿੱਲੀ ਵਾਲਾ ਜਿਹੜਾ ਰਿਮੋਟ ਕੰਟਰੋਲ ਨਾਲ ਪੰਜਾਬ ਚਲਾ ਰਿਹਾ ਤੇ ਇੱਧਰ ਵਾਲਾ ਜੁਗਨੂ ਇਹਨਾਂ ਦਾ ਕਿਸੇ ਗੱਲ ਦਾ ਤਾਂ ਇਹਨਾਂ ਦੀ ਘਰਦੀਆਂ ਨਹੀਂ ਭਰੋਸਾ ਕਰਦੀ ਤੁਸੀਂ ਪਤਾ ਨਹੀਂ ਸ਼ਰਮਾ ਜੀ ਕਿੱਥੋਂ ਇਹ ਗਿਆ ਭਰੋਸਾ ਕਰਕੇ ਮੈਨੂੰ ਸਵਾਲ ਤੁਸੀਂ ਅਹਿਮੀਅਤ ਦਿਓ ਤੇ ਅਸੀਂ ਵੀ ਉਹਦੀ ਗੱਲ ਦਾ ਕਿਹਾ ਤਾਂ ਫਿਰ ਉਹ ਗੋਲਡੀ ਬਰਾੜ ਬਾਰੇ ਵੀ ਕਹਿੰਦਾ ਸੀ ਉਹ ਤਾਂ BMW ਦੇ ਬਾਰੇ ਵੀ ਕਹਿੰਦਾ ਸੀਗਾ ਕਿ BMW ਦਾ ਪਲਾਂਟ ਆ ਗਿਆ ਕਿਸੇ ਨੇ ਫਿਰ ਦੱਸਣਾ ਪੈ ਗਿਆ ਭਗਵੰਤ ਮੋਟਰਵਰਕਸ ਦੀ ਗੱਲ ਕਰਦਾ ਕਿ BMW ਗੱਡੀ ਵਾਲੀ ਦੀ ਗੱਲ ਕਰਦਾ ਫਿਰ ਉਹਨੇ ਅਨਮੋਲ ਬਿਸ਼ਨੋਈ ਬਾਰੇ ਵੀ ਕਹਿ ਦਿੱਤਾ ਸੀ ਉਹ ਤਾਂ ਜੀ ਅਜ਼ਰਬਾਈਜਾਨ ਹੈ ਤੇ ਉਹ ਨਿਕਲਿਆ ਕੱਲ੍ਹ ਉੱਥੇ ਡਾਂਸ ਕਰਦਾ ਫਿਰਦਾ ਮਤਲਬ ਇਹ ਜਿਹੜਾ ਬੰਦਾ ਉਹਦੀ ਕਿਹੜੀ ਗੱਲ ਦਾ ਤੁਸੀਂ ਜਵਾਬ ਦਿਓਗੇ ਤੇ ਭਰੋਸਾ ਕਰੋਗੇ ਪਹਿਲਾਂ ਸਿੱਧੂ ਮੂਸੇਵਾਲਾ ਸਾਹਿਬ ਦੀ ਅਨਫੋਰਚੂਨੇਟ ਕਿਲਿੰਗ ਹੋਈ ਹੈ ਉਹਦੀ ਸਿਕਿਉਰਿਟੀ ਕੌਣ ਵਿਡਰਾਅ ਕਰ ਰਿਹਾ ਭਗਵੰਤ ਮਾਨ ਉਸ ਗੱਲ ਨੂੰ ਟਵੀਟ ਕੌਣ ਕਰ ਰਿਹਾ ਬਲਤੇਜ ਪੰਨੂ ਅੱਜ ਤੱਕ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਉਹਨਾਂ ਨੂੰ ਬਚਾ ਕੌਣ ਰਿਹਾ ਭਗਵੰਤ ਮਾਨ ਮਤਲਬ ਇਟਸ ਲਾਈਕ ਸ਼ੀਸ਼ੇ ਵਾਂਗੂ ਸਾਫ਼ ਹੈ ਪਿਕਚਰ ਕੋਈ ਕਾਰਵਾਈ ਨਹੀਂ ਜਦੋਂ ਇਹ ਸਾਰਿਆ ਕੇਸ ਹੋਇਆ ਉਹ ਕਿਹੜੀ ਜੇਲ੍ਹ 'ਚ ਸੀ ਤਿਹਾਰ ਦਾ ਪ੍ਰਸ਼ਾਸਨ ਕਿਹਦੇ ਥੱਲੇ ਹੈ ਦਿੱਲੀ ਸਰਕਾਰ ਕੇਜਰੀਵਾਲ ਸਾਹਿਬ ਥੱਲੇ ਮਤਲਬ ਆਪ ਤੁਸੀਂ ਕਾਰਵਾਈ ਕਰਾ ਰਹੇ ਹੋ ਤੇ ਉਹ ਸਿਕਿਉਰਿਟੀ ਵਿਡਰਾਅ ਕਰ ਰਿਹਾ ਇਹਨਾਂ 'ਤੇ ਤਾਂ 120 ਵੀ ਲੱਗਣੀ ਚਾਹੀਦੀ ਤਾਂ ਉਹਨਾਂ ਨੂੰ ਮਿਲੀ ਭੁਗਤ ਵੀ ਇੱਥੇ ਫਿਰ ਕਹਿੰਦੇ ਆ ਕਿ ਲਾਰੈਂਸ ਬਿਸ਼ਨੋਈ ਦੀ ਮੁੱਛਾ ਵੇਖੋ PC ਤੁਸੀਂ ਹਾਈਟ ਆਫ PC ਵੇਖ ਲਓ ਇਹਨਾਂ ਦੀ ਅਕਲ ਦਾ ਉਹ ਦਿਖਾ ਰਿਹਾ ਮੁੱਛਾਂ ਗਿਣ ਕੇ ਦੱਸ ਰਿਹਾ ਉਹਦੀਆਂ ਮੁੱਛਾਂ 6 ਇੰਚੀ ਹੋ ਗਈਆਂ ਮੋਟੀਆਂ ਹੋ ਗਈਆਂ ਇਹਦੇ ਕੱਪੜੇ ਇਸ ਰੰਗ ਦੇ ਨਹੀਂ ਉਸ ਰੰਗ ਦੇ ਅਗਲੇ ਦਿਨ ਉਹੀ ਕੱਪੜੇ ਪਾ ਕੇ ਆ ਗਿਆ ਉਹ ਤੇ ਜੇਲ੍ਹ ਕਿਹੜੀ 'ਚ ਸੀ ਇਸ ਲਈ ਨਾ ਜਿਹੜਾ ਅੱਜ ਦਾ ਮੁੱਦਾ ਹੈ ਅੱਜ ਟੀਨੂ ਆਪਣੇ ਸਾਡੇ ਸੁੱਕੀ ਸਾਹਿਬ ਨੇ ਵੀ SC ਭਾਈਚਾਰੇ ਨਾਲ ਕਿਵੇਂ ਫਰੋਡ ਕੀਤਾ 420 KD ਆ ਉਹਦਾ ਜ਼ਿਕਰ ਕੀਤਾ ਮਤਲਬ ਹੂ ਪ੍ਰੋਮਿਸਡ ਦਲਿਤ ਡੈਪਟੀ ਚੀਫ ਮਿਨਿਸਟਰ SC ਭਾਈਚਾਰੇ ਦਾ ਨੋਬਡੀ ਐਲਸ ਬਟ ਕੇਜਰੀਵਾਲ ਨਾ ਦਿੱਲੀ ਬਣਾਇਆ ਜੇ ਸਿਸੋਦੀਆ ਲੱਥ ਗਿਆ ਸੀ ਤੇ ਬਣਾ ਦਿੰਦੇ ਕਿਸੇ ਨੂੰ ਨਹੀਂ ਬਣਾਇਆ ਫਿਰ ਸਿੱਖਾਂ ਦੀ ਪੱਗ ਵਾਲੇ ਦੀ ਗੱਲ ਕਰਦੇ ਆ ਮਗਰ ਪੱਗ ਵਾਲੇ ਨੂੰ ਦਿੱਲੀ ਦੀ ਕੈਬਨਿਟ ਦੇ ਨੇੜੇ ਨਹੀਂ ਫੜਕਣ ਦਿੰਦੇ ਉਹੀ ਹਾਲ ਪੰਜਾਬ 'ਚ ਜੇ ਤੁਹਾਡਾ 92 ਸੀ ਤੁਹਾਨੂੰ ਕੋਈ ਵੀ SC ਭਾਈਚਾਰੇ ਦਾ ਕਾਬਲ ਨਹੀਂ ਲੱਭਿਆ ਜਿਹੜਾ ਤੁਸੀਂ ਡਿਪਟੀ ਚੀਫ ਮਿਨਿਸਟਰ ਬਣਾ ਸਕਦੇ ਕਿਵੇਂ ਕਹਿੰਦਾ ਮੇਰੀ ਗਰੰਟੀ ਆ ਕੀ ਕਹਿੰਦਾ ਗਰੰਟੀ ਇਹੋ ਜਿਹੇ ਲਫ਼ਜ਼ ਵਰਤਦਾ ਹਾਂ ਗਰੰਟੀ ਕੀ ਹੋਇਆ ਉਹਦੀ ਗਰੰਟੀ ਨੂੰ ਫਿਰ ਕਾਹਦੀ ਗਰੰਟੀ ਉਹਦੀ ਔਰ ਦਿੱਲੀ 'ਚ ਜਿਹੜੀ ਐਕਸਾਈਜ਼ ਦੀ ਚੋਰੀ ਹੋਈ ਹੈ ਉਹ ਠੱਗੀ ਠੋਰੀ ਇੱਥੇ ਮਾਰੀਏ 200 ਕਰੋੜ ਦੀ ਆਪ ਤਸਦੀਕ ਕਰ ਰਿਹਾ ਆਪਦੇ ਪੇਪਰਾਂ